बंदी सिखों की रिहाई को लेकर कौमी इंसाफ मोर्चा 7 जनवरी 2023 से लगातार जारी है। इस मोर्चे की मांग है कि जिन सिख बंदियों की सजाएं समाप्त हो चुकी हैं, उन्हें अब रिहा कर दिया जाए, क्योंकि वे लोग अदालत की तरफ से दी गई सजा से बहुत ज्यादा कैद भुगत चुके हैं। इस मोर्चे में बहुत से संगठन शामिल हैं। दिल्ली के किसान मोर्चे की तरह ही शुरू हुए इस मोर्चे में पहले पहल भीड़ भी बहुत रही, लेकिन फिर कुछ संगत कम हो रही है। इस मोर्चे का संचालन कर रही कमेटी के प्रमुख हैं श्री अकाल तख्त साहिब के जथेदार जगतार सिंह हवारा के पिता बापू गुरचरण सिंह। उल्लेखनीय है कि जथेदार हवारा भी अभी जेल में ही है। इस कौमी इंसाफ मोर्चे को 32 सदस्यों पर आधारित एक अनुशासित कमेटी चला रही है। सोशल मीडिया पर कोई अफवाह सी उड़ी थी कि शायद कोई मोर्चे को बेचने की कोशिश में है। इस मोर्चे में 24 घंटे सतर्क रहने वाले निहंग सिंघों के प्रमुख बाबा राजा राज सिंह से जब इस बारे में बात की गई तो वे बोले कि ऐसा कुछ नहीं है, हम पूरी तरह बाज आंख रख कर बैठे हैं, किसकी मजाल की ऐसा सोच भी जाए। इसके साथ ही उन्होंने उम्मीद जताई कि 2024 के चुनावों से पहले हमारी मांगे मान ली जाएंगी और सभी सिख बंदी रिहा कर दिए जाएंगे। ਜਿਹੜੀ ਅੱਜ ਮੀਟਿੰਗ ਹੋਈ ਆ ਉਹਦੇ ਵਿੱਚ ਰਣਨੀਤੀ ਤੈਅ ਕੀਤੀ ਗਈ ਆ ਆਉਣ ਵਾਲੇ ਸਮੇਂ ਦੇ ਮੋਰਚੇ ਚੜ੍ਹਦੀ ਕਲਾ ਵਾਸਤੇ। 1 ਤਰੀਕ ਨੂੰ ਜਿਹੜਾ ਪ੍ਰੋਗਰਾਮ ਆ ਉਹ ਮੋਰਚੇ ਦੇ ਆਗੂਆਂ ਵੱਲੋਂ ਜਿਹੜਾ ਹੈ ਗੁਰਦਾਸਪੁਰ ਦੇ ਵਿੱਚ ਉੱਥੇ ਧੱਕਾ ਕੀਤਾ ਗਿਆ, ਪੈਲਸ ਜਿੱਥੇ ਕਰਾਇਆ ਸੀ ਉਹਨੂੰ ਸਮਾਨ ਸਮੂਨ ਚਾ ਕੇ ਲੈ ਕੇ ਉੱਥੇ ਰੋਸ ਪ੍ਰਗਟੀ ਕੀਤਾ ਜਾਊਗਾ। ਅਤੇ ਉਸ ਤੋਂ ਬਾਅਦ ਫਿਰ 15 ਅਗਸਤ ਦਾ ਜਿਹੜਾ ਪ੍ਰੋਗਰਾਮ ਦਿੱਤਾ ਵੱਡੀ ਪੱਧਰ ਦੇ ਸਾਰੇ ਜਿੰਨੇ ਪੰਜਾਬ ਦੇ ਲੋਕ ਨੇ ਹਰਿਆਣੇ ਦੇ ਪੂਰੇ ਭਾਰਤ ਨੂੰ ਬੇਨਤੀ ਕੀਤੀ ਹੈ ਕਿ 15 ਅਗਸਤ ਨੂੰ ਇੱਥੇ ਪਹੁੰਚੋ, ਇੱਕ ਵੱਡਾ ਰੋਸ ਪ੍ਰਦਰਸ਼ਨ ਸਰਕਾਰਾਂ ਦੇ ਖਿਲਾਫ਼ ਕੀਤਾ ਜਾਊਗਾ, ਕਿਉਂਕਿ 15 ਅਗਸਤ ਨੂੰ ਭਾਰਤ ਸਰਕਾਰ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਅਤੇ ਜਦੋਂ 1947 ਵੇਲੇ ਭਾਰਤ ਆਜ਼ਾਦ ਹੋਇਆ ਅਤੇ ਭਾਰਤ ਦੀ ਵੰਡ ਨਹੀਂ ਪੰਜਾਬ ਦੀ ਵੰਡ ਹੋਈ, ਇੱਕ ਲਹਿੰਦੇ ਪਾਸੇ ਚਲੇ ਗਏ ਤਾਂ ਇੱਕ ਰਹਿ ਗਿਆ ਅਤੇ ਪੰਜਾਬੀਆਂ ਦਾ ਹੀ ਜ਼ਿਆਦਾ ਧਾਨ ਹੋਇਆ, ਜਿੰਨੀ ਵੀ ਨਸਲ ਸੀਗੀ ਪੰਜਾਬੀ ਜ਼ਿਆਦਾ ਮਰੇ ਨੇ ਉਹਦੇ ਵਿੱਚ। ਅਤੇ ਉਸ ਵੇਲੇ ਨਹਿਰੂ ਨੇ ਜਦੋਂ ਕਿਹਾ ਸੀਗਾ, ਜਦੋਂ ਅੰਗਰੇਜ਼ਾਂ ਨੇ ਦਿੱਤਾ ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ, ਜਿਹੜੇ ਹਿੰਦੂ ਸੀ ਉਹਨਾਂ ਨੂੰ ਇਹ ਭਾਰਤ ਦਿੱਤਾ, ਸਿੱਖਾਂ ਨੂੰ ਡਿਮਾਂਡ ਪੁੱਛੀ ਗਈ, ਉਸ ਟਾਈਮ ਸਿੱਖਾਂ ਦੇ ਜਿਹੜੇ ਆਗੂ ਸੀ ਬਲਦੇਵ ਸਿੰਘ ਮਾਸਟਰ ਤਾਰਾ ਸਿੰਘ ਵਰਗਿਆਂ ਨੇ ਨਹਿਰੂ ਨਾਲ ਗੱਲਬਾਤ ਕੀਤੀ, ਨਹਿਰੂ ਨੇ ਕਹਿਤਾ ਵੀ ਤੁਹਾਨੂੰ ਵਰਤਰ ਦੇ ਹੱਕ ਦਿੱਤੇ ਜਾਣਗੇ। ਅਤੇ ਉਸ ਤੋਂ ਬਾਅਦ ਇਹ ਫਿਰ ਸਿੱਖਾਂ ਨੇ ਮੰਨ ਲਿਆ ਸੀ ਭਾਰਤ ਦੇ ਨਾਂ ਰਹਿਣਾ, ਅਤੇ ਉਸ ਤੋਂ ਬਾਅਦ ਫਿਰ ਇਹ ਜਿਹੜੇ ਆਪਦੇ ਬਾਦੀ ਤੋਂ ਮੁਕਰ ਗਏ ਨਹਿਰੂ, ਅਤੇ ਫਿਰ ਜਦੋਂ ਸਿੱਖਾਂ ਨੂੰ ਫਿਰ ਪਤਾ ਲੱਗਾ ਉਦੋਂ ਦੇਰ ਹੋ ਚੁੱਕੀ ਸੀ। ਫਿਰ ਇਹਨਾਂ ਨੇ ਕੋਈ ਵੀ ਵਾਅਦਾ ਸਿੱਖਾਂ ਦੇ ਨਾਲ ਪੂਰਾ ਨਹੀਂ ਕੀਤਾ, ਸਿੱਖਾਂ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ, ਜਿਹੜੇ ਕਹਿੰਦੇ ਸੀਗੇ ਅਸੀਂ ਤੁਹਾਨੂੰ ਬਰਾਬਰ ਦਾ ਦਰਜਾ ਦੇਵਾਂਗੇ, ਤੁਹਾਨੂੰ ਆਪਦਾ ਅਧਿਕਾਰ ਹੋਊਗਾ, ਸਾਰਾ ਤੁਸੀਂ ਕੁਛ ਕਰ ਸਕਦੇ ਹੋ, ਉਹ ਸਾਰੇ ਹੱਕਾਂ ਤੋਂ ਮੁਨਕਰ ਹੋ ਗਏ। ਫਿਰ ਚੱਲਦੀ ਚੱਲਦੀ ਦੇਖੋ ਗੱਲ ਹੁਣ ਤੱਕ ਇਹਨਾਂ ਨੇ ਕੋਈ ਵੀ ਸਾਨੂੰ ਹੱਕ ਨਹੀਂ ਦਿੱਤਾ, ਜਿੱਥੇ ਹਮੇਸ਼ਾ ਹੀ ਕੋਈ ਸਰਕਾਰ ਸੈਂਟਰ ਦੇ ਵਿੱਚ ਆ ਜਾਵੇ, ਚਾਹੇ ਕਾਂਗਰਸ ਦੀ ਆ ਜਾਵੇ, ਚਾਹੇ ਭਾਜਪਾ ਦੀ ਆ ਜਾਵੇ, ਚਾਹੇ ਹੋਰ ਕਿਸੇ ਦੀ ਆ ਜਾਵੇ, ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਵਿਤਕਰਾ ਕੀਤਾ। ਜੇ ਸਾਨੂੰ ਇਹ ਬਰਾਬਰ ਦਾ ਦਰਜਾ ਦੇਣ ਤਾਂ ਦੇਖੋ ਸਿੱਖ ਵੀ ਖੁਸ਼ ਹੋਣ, ਸਾਨੇ ਹਮੇਸ਼ਾ ਹੀ ਧੱਕਾ ਕੀਤਾ। ਅੱਜ ਇਸ ਜਿਹੜਾ ਮੋਰਚਾ ਕੌਮੀ ਇਨਸਾਫ ਮੋਰਚਾ ਲੱਗਿਆ 7 ਜਨਵਰੀ ਤੋਂ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣ ਵਾਸਤੇ ਲਿਖਿਆ ਹੋਇਆ, ਜਦਕਿ ਸੰਵਿਧਾਨ ਕਹਿੰਦਾ ਵੀ ਜਦੋਂ ਕਿਸੇ ਵਿਅਕਤੀ ਦੀ ਸਜ਼ਾ ਪੂਰੀ ਹੋ ਜਾਂਦੀ ਉਸ ਤੋਂ ਬਾਅਦ ਸਰਕਾਰ ਉਹਨੂੰ ਜੇਲ੍ਹਾਂ ਦੇ ਵਿੱਚ ਬੰਦ ਨਹੀਂ ਰੱਖ ਸਕਦੀ, ਪਰ ਭਾਰਤ ਸਰਕਾਰ ਨੇ ਸੰਵਿਧਾਨ ਦੇ ਉਲਟ ਸੰਵਿਧਾਨ ਦੀ ਉਲੰਘਣਾ ਕਰਦਿਆਂ ਹੋਇਆਂ ਸਾਡੇ ਜਿਹੜੇ ਸਿੱਖ ਨੇ ਭਾਈ ਜਗਤਾਰ ਸਿੰਘ ਹਵਾਲਾ ਜਥੇਦਾਰ ਜਿਹੜੇ ਸਿੱਖ ਸਾਡੇ ਕੌਮ ਦੇ ਨੇ ਸਰਬੱਤ ਕਾਲਜ ਵੱਲੋਂ ਥਾਪੇ ਗਏ, ਹੋਰ ਜਿੰਨੇ ਬੰਦੀ ਸਿੱਖ ਨੇ ਉਹ ਸਾਰੇ ਜ਼ਬਰਦਸਤੀ ਧੱਕੇ ਨਾਲ ਅੰਦਰ ਬੰਦ ਕਰੇ ਹੋਏ ਨੇ, ਉਹਨਾਂ ਨੇ ਸਜ਼ਾਵਾਂ ਭੁਗਤਣੀਆਂ ਨੇ, ਉਹਨਾਂ ਨੂੰ ਛੱਡਣ ਲਈ ਇੱਥੇ ਮੋਰਚਾ ਲੱਗਿਆ ਹੋਇਆ।
ਸਾਡੇ ਪੰਜਾਬ ਦਾ ਮਸਲਾ ਪਾਣੀਆਂ ਦਾ ਹੱਲ ਆ ਤੇ ਸਾਡੇ ਬਹੁਤ ਕਿਸਾਨੀ ਤੇ ਜਵਾਨੀ ਮਸਲਾ ਹੋ ਰਿਹਾ, ਨਸ਼ਿਆਂ ਦਾ ਹੜ੍ਹ ਪਾ ਰਿਹਾ। ਇਸ ਕਰਕੇ ਜਿਹੜੇ ਦੇਖੋ ਸਾਰੇ ਪ੍ਰੋਗਰਾਮ ਨੇ ਸਰਕਾਰ ਨੇ ਸਮੇਂ ਸਾਰ ਧੱਕਾ ਕੀਤਾ। ਅਸੀਂ ਸਰਕਾਰ ਨੂੰ ਇਹੀ ਕਹਿਣਾ ਜੇ ਸਾਨੂੰ ਤੁਸੀਂ ਨਾਲ ਰੱਖਣਾ, ਜਿਹੜਾ ਪੰਜਾਬ ਹਮੇਸ਼ਾ ਭਾਰਤ ਤੋਂ ਵੱਖ ਰਿਹਾ। ਜਦੋਂ ਪਹਿਲਾਂ ਅੰਗਰੇਜ਼ਾਂ ਆਏ ਨੇ, ਬਾਅਦ ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ, ਪਹਿਲਾਂ ਭਾਰਤ ਦੇ ਕਬਜ਼ਾ ਸੀਗਾ, ਜਦੋਂ ਉਸ ਵੇਲੇ ਨਾ ਰਹੇ। ਜੇ ਸਾਨੂੰ ਨਾ ਰੱਖਣਾ ਇਹਨਾਂ ਨੇ, ਫਿਰ ਸਾਨੂੰ ਬਰਾਬਰ ਦਾ ਜਿਹੜਾ ਦਰਜਾ ਉਹ ਦੇਣਾ ਚਾਹੀਦਾ। ਇਸ ਕਰਕੇ ਸਾਨੂੰ ਮੋਰਚੇ ਲਾਉਣੇ ਪੈਣੇ। ਸੰਤ ਜਰਨੈਲ ਖਾਲਸਾ ਸਾਹਿਬ ਭਿੰਡਰਾਂ ਵਾਲਿਆਂ ਨੇ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ ਸੀ, ਉਹ ਮਤੇ ਦੇ ਉੱਤੇ ਪੂਰਨ ਹੋਣ। ਉਹਦੇ ਵਿੱਚ ਇਹੀ ਲਿਖਿਆ ਹੋਇਆ ਸੀਗਾ, ਸਿੱਖਾਂ ਨੂੰ ਆਪਦੀ ਜਿਹੜੀ ਹੈ ਗੱਲ ਕਰਨ ਦਾ ਹਰੇਕ ਥਾਵੇਂ ਅਧਿਕਾਰ ਆ, ਸਾਨੂੰ ਬਰਾਬਰ ਦਾ ਦਰਜਾ ਦਿੱਤੇ ਜਾਵੇ। ਜਿਹੜਾ ਕਿਸਾਨ ਆ ਉਹਦੀ ਫੈਸਲ ਦਾ ਆਮ ਮੁੱਲ ਤੈਅ ਕਰੇ, ਹੋਰ ਜਿਹੜੇ ਤੁਸੀਂ ਲਿਖਦੇ ਸੀ ਮਤੇ, ਅਤੇ ਸਾਡਾ ਪਾਣੀਆਂ ਦਾ ਹੱਲ, ਸਾਡਾ ਹੱਕ ਬਣਦਾ। ਜੋ ਹੋਰ ਸਟੇਟਾਂ ਕਿਸੇ ਤੋਂ ਕੋਲਾ ਨਿਕਲਦਾ, ਕਿਸੇ ਤੋਂ ਕੋਈ ਚੀਜ਼ ਨਿਕਲਦੀ ਆ, ਉਹ ਪੈਸੇ ਵਸੂਲਦੇ ਨੇ, ਫਿਰ ਸਾਡਾ ਪਾਣੀ ਕਿਤੇ ਵਾਧੂ ਪੰਜਾਬ ਦਾ। ਅਸੀਂ ਫ੍ਰੀ ਦੇ ਰਹੇ ਹਾਂ, ਸਾਡਾ ਹੱਕ ਮਿਲਣਾ ਚਾਹੀਦਾ। ਬਿਜਲੀ ਦਾ ਸਾਡਾ ਮਸਲਾ, ਉਹ ਵੀ ਤਰ ਤੋੜ ਕੇ ਬਿਜਲੀ ਬੋਰਡ ਨੰਬਰ ਡੈਮ ਦਾ ਇਹਨਾਂ ਨੇ ਬਾਹਰਲੇ ਸੂਬਿਆਂ ਨੂੰ ਦਿੱਤਾ, ਸਾਡੇ ਹਮੇਸ਼ਾ ਹੀ ਹੱਕ ਦਵਾਏ ਜਾ ਰਹੇ ਨੇ। ਬਹੁਤ ਕੁਛ ਸਾਡੇ ਨਾਲ ਕੀਤਾ ਜਾਂਦਾ, ਇਸ ਕਰਕੇ ਜਿਹੜੇ ਸਾਡੇ ਹੱਕ ਨੇ ਸਿੱਖਾਂ ਦੇ, ਉਹ ਸਰਕਾਰ ਦੇਵੇ, ਅਤੇ ਤਾਂ ਹੀ ਫਿਰ ਮਸਲੇ ਹੱਲ ਹੋਣਗੇ। ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ, ਅਸੀਂ ਡਟੇ ਬੈਠੇ ਹਾਂ ਇੱਥੇ, ਅਤੇ ਅਸੀਂ ਕੌਮ ਨੂੰ ਇਹੀ ਅਪੀਲ ਕਰਦੇ ਹਾਂ ਕਿ ਆਓ। ਸਿੱਖਾਂ ਨੇ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ, ਸਾਰਿਆਂ ਦਾ ਹੀ ਸਾਹ ਦਿੱਤਾ। ਕੋਈ ਵੀ ਕੌਮ ਹੋਵੇ, ਜਿੱਥੇ ਜਿੱਥੇ ਕਿਸੇ ਨਾ ਕਿਸੇ ਮੁਸਲਮਾਨ ਨਾਲ ਧੱਕਾ ਹੁੰਦਾ, ਕਿਸੇ ਹੋਰ ਐਸਟੀ ਓਬੀਸੀ ਨਾਲ ਕਿਸੇ ਨਾਲ ਵੀ ਧੱਕਾ ਹੁੰਦਾ, ਉੱਥੇ ਜਾ ਕੇ ਅਸੀਂ ਡਟ ਜਾਇਆ ਕਰਦੇ ਨੇ। ਸਰਕਾਰ ਨੇ ਸਾਡੇ ਉੱਤੇ ਹਮਲਾ ਕੀਤਾ, ਸਾਡੇ ਹਰਿਮੰਦਰ ਵੀ ਢਾਏ, ਸਾਡੇ ਨੌਜਵਾਨਾਂ ਨੂੰ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਮਾਰੇ, ਨਜਾਇਜ਼ ਤੌਰ ਤੇ ਝੂਠੇ ਮੁਕਾਬਲੇ ਬਣਾ ਬਣਾ ਕੇ ਕਈ ਨੌਜਵਾਨ ਸਾਡੇ ਜੇਲ੍ਹਾਂ ਦੇ ਵਿੱਚ ਸੁੱਟ ਰੱਖੇ ਨੇ। ਉਹ ਕਦੋਂ ਮਸਲੇ ਹੱਲ ਕਰਨਗੇ ਇਹ? ਉਹ ਸਾਨੂੰ ਸਰਕਾਰ ਦੱਸੇ, ਅਸੀਂ ਆਪਦੇ ਮਸਲੇ ਹੱਲ ਕਰਾਉਣ ਵਾਸਤੇ ਤੇ ਬੈਠੇ, ਜਿਨ੍ਹਾਂ ਚਿਰ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੁੰਦੇ। ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ ਮਸਲੇ ਨੇ ਜਿਹੜੇ ਉਹ ਦੋਸ਼ੀਆਂ ਨੂੰ ਫੜ ਕੇ ਅੰਦਰ ਕਰਨ। ਇੱਕ ਬੇਅਦਬੀਆਂ ਦੇ ਉੱਤੇ ਕਾਨੂੰਨ ਵੀ ਬਣਾਉਣਾ ਚਾਹੀਦਾ ਸੈਂਟਰ ਸਰਕਾਰ ਵੱਲੋਂ, ਜਿਹਦੇ ਵਿੱਚ ਘੱਟ ਤੋਂ ਘੱਟ ਦੋਸ਼ੀ ਨੂੰ ਆਪਣੀ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅਸੀਂ ਸਾਰਿਆਂ ਤੋਂ ਇਹ ਉਮੀਦ ਕਰਦੇ, ਗੁਰੂ ਗ੍ਰੰਥ ਸਾਹਿਬ ਮਹਾਂ ਦੀ ਬੇਅਦਬੀ ਹੋਈ ਆ, ਅਤੇ ਜੇ ਹੋਰ ਕੋਈ ਧਰਮ ਗ੍ਰੰਥ ਹੋਵੇ, ਰਮਾਇਣ ਹੋਵੇ, ਬਾਈਬਲ ਹੋਵੇ, ਕੁਰਾਨ ਹੋਵੇ, ਕੋਈ ਵੀ ਹੋਵੇ, ਭਗਵਦ ਗੀਤਾ ਹੋਵੇ, ਅਸੀਂ ਸਾਰਾ ਸਤਿਕਾਰ ਕਰਦੇ। ਜੇ ਕੋਈ ਇਹਨਾਂ ਗ੍ਰੰਥਾਂ ਦੀ, ਧਰਮ ਗ੍ਰੰਥਾਂ ਦੀ ਬੇਅਦਬੀ ਕਰਦਾ ਕੋਈ ਵਿਅਕਤੀ ਆ ਕਿਸੇ ਧਰਮ ਦਾ, ਉਹਨੂੰ ਉਮਰ ਕੈਦ ਹੋਣੀ ਚਾਹੀਦੀ ਆ। ਇਸ ਕਰਕੇ ਸਰਕਾਰ ਤੋਂ ਸਾਡੀਆਂ ਮੰਗਾਂ ਨੇ, ਤੁਰੰਤ ਸਾਡੀਆਂ ਮੰਗਾਂ ਪੂਰਨ ਕਰਨੀਆਂ ਚਾਹੀਦੀਆਂ ਸਰਕਾਰ ਨੂੰ। ਕੱਲ੍ਹ ਕੋਈ ਕਹਿ ਰਿਹਾ ਸੀ ਮੋਰਚਾ ਵੇਚਣ ਦੀ ਕੁਛ ਹੋ ਰਹੀ ਹੈ, ਅਸੀਂ ਠੰਡਾ ਦੇ ਦੇਖੋ, ਮੈਨੂੰ ਐਂ ਦੱਸੋ ਵੀ ਮੋਰਚਾ ਕੌਣ ਵੇਚਦਾ, ਕਿਹੜਾ ਦਿੰਦਾ ਰੁਪਈਏ? ਤੇ ਕੋਈ ਮੋਰੇ ਦਾ ਵਿਕਿਆ ਨਹੀਂ, ਇੱਥੇ ਬੈਠੇ ਅਸੀਂ, ਤਿਆਰ ਵਗੈਰਾ ਬੈਠਾ, ਘੋੜਿਆਂ ਵਾਲੀ ਫੌਜ ਬੈਠੀ ਹੈ ਸਾਰੀ, ਉੱਥੇ ਵੀ ਅਸੀਂ ਬੈਠੇ ਰਹੇ, ਇੱਥੇ ਵੀ ਬੈਠੇ ਹਾਂ। ਸਾਰਾ ਮੋਰਚੇ ਦਾ ਜਿਹੜਾ ਸੁਰੱਖਿਆ ਦਾ ਪਹਿਰਾ ਉਹ ਸਾਡੇ ਕੋਲ ਆ, ਘੇਰਾਬੰਦੀ ਸਿੰਘ ਫੌਜਾਂ ਨੇ ਕਰੀ ਹੋਈ ਆ। ਤੇ ਹਾਂਜੀ, ਦੇਖੋ ਸੰਗਤ ਕਰਨ ਦੇ ਵੱਡੇ ਦੋ, ਦੇਖੋ ਮੀਡੀਆ ਇਹ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ। ਜੇ ਅੱਜ ਸਰਕਾਰ ਨੇ, ਪੰਜਾਬ ਸਰਕਾਰ ਨੇ ਘੱਟ ਤੋਂ ਘੱਟ ਜਿੰਨੇ ਵੀ ਇੱਥੇ ਚੈਨਲ ਆਉਂਦੇ ਸੀ ਕਵਰ ਕਰਨ ਵਾਸਤੇ, ਮੀਡੀਆ ਆਉਂਦੇ ਸੀ ਚੈਨਲ 20-25 ਚੈਨਲ, ਉਹ ਸਾਰੇ ਬੰਦ ਕਰਤੇ ਆ। ਕਿਸਾਨੀ ਮੋਰਚਾ ਲੱਗਿਆ ਸੈਂਟਰ ਸਰਕਾਰ ਨੇ, ਉੱਥੇ ਕੋਈ ਵੀ ਚੈਨਲ ਉਸ ਵੇਲੇ ਬੰਦ ਨਹੀਂ ਕਰਿਆ। ਸਰਕਾਰ ਨੇ ਸਰਾਸਰ ਧੱਕਾ ਕੀਤਾ ਮੀਡੀਆ ਦੇ ਨਾਲ, ਸਾਰੇ ਚੈਨਲ ਬੰਦ ਕਰਤੇ ਆ। ਜਿਹੜਾ ਮੋਰਚੇ ਦਾ ਪ੍ਰੋਗਰਾਮ ਡੇਲੀ ਜਾਂਦਾ ਸੀ ਇੱਥੋਂ, ਤੁਹਾਨੂੰ ਲੱਗਦਾ ਕਿ ਮੋਰਚੇ ਦੀ ਸਰਕਾਰ ਦਾ ਰਵੱਈਆ ਨਰਮ ਸੀ ਤੇ ਤੁਹਾਡੀ ਸਖਤੀ ਹੈ? ਜਦੋਂ ਜਿੱਥੋਂ ਮੀਡੀਆ ਬੰਦ ਕਰਤਾ ਇਹ ਸਖਤੀ ਹੈ, ਹੋਊਗੀ ਉੱਥੇ ਤਾਂ ਚੈਨਲ ਬੰਦ ਕਰੇ, ਇੱਥੇ ਹੋਏ ਨੇ ਪੰਜਾਬ ਸਰਕਾਰ ਨੇ ਕਰੇ ਨੇ। ਦੂਜਾ ਕਾਰਨ ਦੇਖੋ, ਜਦੋਂ ਬੰਦਿਆਂ ਦੀ ਫੜੋ ਫੜਾਈ ਉਦੋਂ ਅੰਮ੍ਰਿਤਪਾਲ ਵੇਲੇ, ਉਦੋਂ ਜਿਹੜੇ ਪੁਲਿਸ ਆ
ਉਹ ਘਰਾਂ ਦੇ ਵਿੱਚ ਜਾ ਜਾ ਕੇ ਦਬਕੇ ਮਾਰਦੇ, ਅਸੀਂ ਕਿਸਾਨੀ ਆਪਣੇ ਕੌਮੀ ਇਨਸਾਫ ਮੋਰਚੇ ਕਿਸੇ ਨੇ ਜਾਣਾ ਨੀ, ਜੇ ਕੋਈ ਜਾਊਗਾ ਅਸੀਂ ਪਰਚੇ ਦਰਜ ਕਰਾਂਗੇ। ਆਗੂਆਂ ਨੂੰ ਵੀ ਸਾਨੂੰ ਵੀ ਦਬਕਾਇਆ ਗਿਆ, ਬਹੁਤ ਕੁਛ ਕਰਿਆ, ਘਰਾਂ ਦੇ ਵਿੱਚ ਜਾ ਕੇ ਦਬਕੇ ਪੁਲਿਸ ਪ੍ਰਸ਼ਾਸਨ ਵੱਲੋਂ ਮਾਰੇ ਜਾਂਦੇ ਰਹੇ ਨੇ, ਲੋਕਾਂ ਨੂੰ ਡਰਾਇਆ ਗਿਆ। ਤੇ ਤੀਜਾ ਪ੍ਰੋਗਰਾਮ ਇੱਥੇ ਅੱਜ ਹੁਣ ਸੀਜ਼ਨ ਚੱਲਦਾ ਵਾ, ਤੇ ਸੀਜ਼ਨ ਕਰਕੇ ਵੀ ਜਿਹੜਾ ਹੈ ਬੋਡਾ ਫਰਕ ਪੈ ਰਿਹਾ। ਦੇਖੋ ਸਰਕਾਰ ਨੇ ਦੋ ਸਿੰਘ ਰਿਹਾ ਕਰਤੇ ਨੇ, ਭਾਈ ਲਖਵਿੰਦਰ ਸਿੰਘ ਜੀ ਲੱਖਾ, ਭਾਈ ਗੁਰਮੀਤ ਸਿੰਘ ਜੀ ਇੰਜੀਨੀਅਰ। ਤੇ ਹੌਲੀ ਹੌਲੀ ਜੇ ਸਾਡਾ ਇੱਥੇ ਦਬਦਬਾ ਰਹੂ, ਸੰਗਤ ਕਰਕੇ ਸੰਗਤ ਨੂੰ ਆਉਣਾ ਚਾਹੀਦਾ ਇੱਥੇ। ਅਸੀਂ 5-6 ਮਹੀਨਿਆਂ ਤੋਂ ਲਗਾਤਾਰ ਡਟੇ ਬੈਠੇ, ਕਿਤੇ ਘਰੇ ਵੀ ਗਏ ਤੇ ਪੰਥ ਵਾਸਤੇ ਬੈਠੇ ਹਾਂ, ਅਸੀਂ ਕਿਸੇ ਤੋਂ ਕੁਛ ਲੈ ਕੇ ਤਾਂ ਨੀ ਖਾਣਾ ਹੈਗਾ, ਅਸੀਂ ਪੰਥ ਦੀ ਕੌਮ ਦੀ ਖਾਤਰ ਬੈਠੇ ਹਾਂ। ਵੀ ਸਾਡੇ ਜਿਹੜੇ ਯੋਧੇ ਸਿੰਘ ਨੇ ਸਾਡੀ ਕੌਮ ਖਾਤਰ, ਜਿਨ੍ਹਾਂ ਨੇ ਆਪਦੀਆਂ ਜਵਾਨੀਆਂ ਜੇਲ੍ਹਾਂ ਦੇ ਵਿੱਚ ਗਾਲਣੀਆਂ, ਉਹਨਾਂ ਨੂੰ ਬਾਹਰ ਲਿਆਉਣ ਵਾਸਤੇ ਅਸੀਂ ਦਿਨ ਰਾਤ ਇੱਥੇ ਬੈਠੇ ਹਾਂ। ਸੰਗਤ ਸਾਡਾ ਸਾਥ ਦੇਵੇ, ਇੱਥੇ ਆ ਕੇ ਸਾਡਾ ਸਹਿਯੋਗ ਕਰੇ, ਤਾਂ ਕਿ ਜਿਹੜੇ ਬੰਦੀ ਸਿੰਘ ਨੇ, ਜਿਹੜੀਆਂ ਸਾਡੇ ਹੋਰ ਹੈਗੇ ਮੁੱਦੇ ਨੇ, ਉਹ ਛੇਤੀ ਹੱਲ ਹੋ ਸਕਣ, ਇਹ ਸੰਗਤ ਦੇ ਨਾਲ ਹੋਣਾ ਹੱਲ। ਅੱਜ ਮੈਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸ਼ਹੀਦੀ ਦਿਹਾੜੇ ਤੇ ਉਹਨਾਂ ਦੇ ਜਿੰਨੇ ਵੀ ਗੁਰ ਸਿੰਘ ਸ਼ਹੀਦ ਹੋਏ ਨੇ ਸਾਰਿਆਂ ਨੂੰ ਕੋਟ ਨੂੰ ਕੋਟ ਪ੍ਰਣਾਮ ਕਰਦੇ ਹਾਂ, ਅਸੀਂ ਉਹਨਾਂ ਦੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਉਹ ਸ਼ਹੀਦ ਚੰਗੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਥਾਪੜਾ ਲੈ ਕੇ ਪੂਰੇ ਮੁਗਲ ਰਾਜ ਦਾ ਖਾਤਮਾ ਕੀਤਾ, ਤੇ ਪਹਿਲਾ ਬਾਦਸ਼ਾਹ ਜਿਹੜਾ ਹੋਇਆ ਸਿੱਖ ਰਾਜ ਦਾ, ਜਿਹਨੇ ਸਿੱਖ ਰਾਜ ਕਾਇਮ ਕੀਤਾ 1710 ਦੇ ਵਿੱਚ, 27 ਮਈ 1710 ਨੂੰ ਖਾਲਸਾ ਰਾਜ ਦਾ ਪਹਿਲਾ ਨਿਸ਼ਾਨ ਸਾਹਿਬ ਗੱਡਿਆ, ਬਾਦਸ਼ਾਹ ਪਹਿਲਾ ਖਾਲਸਾ ਰਾਜਾ ਬੰਦਾ ਸਿੰਘ ਬਹਾਦਰ ਹੋਇਆ, ਜਿਹਨੇ ਕਿਸਾਨਾਂ ਨੂੰ ਬਾਜ਼ਾਰਿਆਂ ਤੋਂ ਮਾਲਕ ਬਣਾਈ, ਉਹਨਾਂ ਨੂੰ ਮਾਲਕ ਬਣਾਇਆ, ਤੇ 1710 ਤੋਂ ਲੈ ਕੇ 1715 ਤੱਕ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਰਿਹਾ। ਬਹੁਤ ਜੰਗਾਂ ਹੋਈਆਂ ਤੇ ਉਸ ਤੋਂ ਬਾਅਦ ਉਹਨਾਂ ਦਾ ਆਪਣੇ ਜਿਹੜੇ ਹੈ ਮੁਗਲਾਂ ਨੇ ਫੜ ਕੇ ਉਹਨਾਂ ਨੂੰ ਸ਼ਹੀਦ ਕੀਤਾ। ਜਾਲਵਾਨ ਉਹਨਾਂ ਦੇ ਪੁੱਤਰ ਦਾ ਜਿਹੜਾ ਸੀਗਾ 4-5 ਸਾਲ ਦਾ ਆਜਿਆ ਸਿੰਘ, ਉਹਦਾ ਕਲੇਜਾ ਕੱਢ ਕੇ ਉਹਦਾ ਜਿਉਂਦੇ ਦਾ ਉਹਦੇ ਲੂਹ ਨਾਲ ਲੂਹ ਪਾਇਆ, ਅੱਖਾਂ ਦੇ ਵਿੱਚ ਗਰਮ ਸਰੀਏ ਕਿਤੇ ਗਏ, ਜਮੂਰਾਂ ਨਾਲ ਮਾਸ ਨੋਚਿਆ ਗਿਆ, ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ਹਾਦਤ ਦਿੱਤੀ ਸਾਡੇ ਵਾਸਤੇ, ਦਿੱਤੀ ਸਾਨੂੰ ਜਾਗ ਲਾ ਗਏ। ਉਸ ਤੋਂ ਬਾਅਦ ਫਿਰ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਸਾਡਾ ਰਿਹਾ, ਅਸੀਂ ਆਪਦੇ ਹੱਡੀ ਹੰਢਾਇਆ, ਜਿਹੜੇ ਕੌਮ ਨੇ ਰਾਜ ਭਾਗ ਮਾਣਿਆ ਹੋਵੇ, ਅਸੀਂ ਪਾਤਸ਼ਾਹੀ ਦਾਅਵੇ ਦੇ ਹੱਕਦਾਰ ਹਾਂ, ਤੇ ਖਾਲਸਾ ਰਾਜ ਗੁਰੂ ਸਾਹਿਬ ਨੇ ਵੀ ਹਰ ਰੋਜ਼ ਅਸੀਂ ਅਰਦਾਸਾਂ ਦੇ ਵਿੱਚ ਪੜ੍ਹਦੇ ਹਾਂ, ਰਾਜ ਕਰੇ ਖਾਲਸਾ ਕੀ ਰਹੇ ਨਾ ਕੋਈ, ਇੱਥੇ ਖਾਲਸਾ ਪੰਥ ਦਾ ਰਾਜ ਹੋਣਾ, ਖਾਲਸੇ ਦਾ ਰਾਜ ਹੀ ਹੋਣਾ, ਫਿਰ ਹੀ ਦੁਨੀਆਂ ਦਾ ਟਿਕਟਕਾ ਹੋਣਾ। ਇਸ ਕਰਕੇ ਅਸੀਂ ਸਰਕਾਰਾਂ ਨੂੰ ਇਹ ਬੇਨਤੀ ਕਰਦੇ, ਤੁਸੀਂ ਜਿਹੜੇ ਇਹ ਸਿੱਖ ਕੌਮ ਨੇ ਭਾਰਤ ਦੀ ਆਜ਼ਾਦੀ ਵਾਸਤੇ ਦੇਖੋ 85% ਕੁਰਬਾਨੀਆਂ ਦਿੱਤੀਆਂ ਹੋਣ, ਤੇ ਉਹਨਾਂ ਪੰਜਾਬੀਆਂ ਨੂੰ, ਉਹਨਾਂ ਸਿੱਖਾਂ ਨੂੰ ਅੱਜ ਸਰਕਾਰ 26 ਜਨਵਰੀ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਝਾਕੀਆਂ ਤੋਂ ਵਿੱਚ ਹੀ ਬਾਹਰ ਕੱਢਿਆ ਜਾਂਦਾ। ਅੱਜ ਵੀ ਸਰਦਾਰਾਂ ਦੀ ਬਦੌਲਤ, ਪੰਜਾਬੀਆਂ ਦੀ ਬਦੌਲਤ ਇਹ ਭਾਰਤ ਜਿਹੜਾ ਹੈਗਾ ਬਚਿਆ ਹੋਇਆ, ਇਹਦੀ ਹੋਂਦ ਬਚੀ ਹੋਈ ਆ, ਕਿਉਂਕਿ ਚੀਨ ਦੇ ਬਾਰਡਰ ਤੇ ਵੀ ਜਿਹੜੇ ਸਿੱਖ ਸਰਦਾਰ ਬੈਠੇ ਨੇ, ਫੌਜਾਂ ਬੈਠੀਆਂ ਨੇ, ਪਾਕਿਸਤਾਨ ਦੇ ਬਾਰਡਰ ਤੇ ਵੀ, ਪਿੱਛੇ ਜੇ 2 ਮਹੀਨੇ ਹੋ ਗਏ ਉਦੋਂ ਚੀਨ ਨਾਲ ਲੜਾਈ ਹੋਈ, ਤੁਸੀਂ ਦੇਖਿਆ ਇੱਕ ਵੀਡੀਓ ਵਾਇਰਲ ਹੋਈ, ਸਰਦਾਰਾਂ ਨੇ ਕੁੱਟ ਕੁੱਟ ਕੇ ਡਾਂਗਾਂ ਨਾਲ ਪਿੱਛੇ ਮੋੜੇ। ਜੇ ਸਰਦਾਰ ਨਹੀਂ ਤਾਂ ਭਾਰਤ ਨਹੀਂ ਹੈਗਾ, ਸਰਦਾਰਾਂ ਦੇ ਸਿਰ ਤੇ ਹੀ ਪੰਜਾਬੀ ਕੌਮ ਦੇ ਸਿਰ ਤੇ ਹੀ, ਸਿੱਖਾਂ ਦੇ ਸਿਰ ਤੇ ਹੀ
ਭਾਰਤ ਦੀ ਹੋਂਦ ਅਟਾਲਾ ਜੇ ਸਰਦਾਰ ਨੇ ਕੁਛ ਵੀ ਹੈ ਨੀ। ਇਸ ਕਰਕੇ ਜੇ ਸਰਦਾਰ ਆ, ਜੇ ਅਸੀਂ ਸਰਹੱਦਾਂ ਦੇ ਖੜਦੇ ਹਾਂ ਫਿਰ ਅਸੀਂ ਯੋਧੇ ਹਾਂ, ਸੂਰਵੀਰ ਆ। ਜੇ ਉਹੀ ਸਿੱਖ ਆਪਦੇ ਹੱਕ ਮੰਗਣ ਲੰਘ ਫਿਰ ਅਸੀਂ ਅੱਤਵਾਦੀ, ਫਿਰ ਖਾਲਿਸਤਾਨੀ ਆ, ਫਿਰ ਪਤਾ ਨੀ ਸਾਡੇ ਟੈਰਰਿਸਟ ਆ, ਪਤਾ ਨੀ ਕੀ ਕੀ ਸਾਡੇ ਤੇ ਇਲਜ਼ਾਮ ਲਾਉਂਦੇ ਨੇ। ਅਸੀਂ ਉਹੀ ਆ, ਭਾਰਤ ਨੂੰ ਆਜ਼ਾਦ ਕਰਾਉਣ ਵਾਲੇ ਭਾਰਤ ਦੇ ਸਾਡੇ ਆ, ਪੰਜਾਬ ਵੀ ਸਾਡਾ, ਭਾਰਤ ਵੀ ਸਾਡਾ, ਬਹੁ ਗਿਣਤੀ ਦੇ ਸਾਰੇ ਸੂਬਿਆਂ ਦੇ ਵਿੱਚ ਸਾਡੇ ਲੋਕ ਵੱਸਦੇ ਨੇ ਪੰਜਾਬੀ। ਤੇ ਜਿਹੜੀ ਇੱਥੇ ਬ੍ਰਾਹਮਣਵਾਦ ਨੇ, RSS, BJP ਨੇ ਕਬਜ਼ਾ ਕੀਤਾ ਹੋਇਆ, ਮੈਂ ਸਾਰੀਆਂ ਧਿਰਾਂ ਨੂੰ ਹੱਥ ਜੋੜ ਕੇ ਅਪੀਲ ਕਰੂੰਗਾ, ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ RSS, BJP ਦੇ ਜਿਹੜਾ ਹੈਗਾ ਚੁੰਗਲ ਦੇ ਵਿੱਚੋਂ ਇਹ ਭਾਰਤ ਨੂੰ ਛਡਾ ਲਓ। ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਐਤਕੀ ਜਿੱਤ ਗਏ ਫਿਰ ਹਿੰਦੂ ਦਾ ਇਹਨਾਂ ਨੇ ਜਿਹੜਾ ਹੈਗਾ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਫਿਰ ਇਹਨਾਂ ਨੇ ਦੇਖੋ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਝੱਲੀ ਆ, ਇਹ ਅੰਗਰੇਜ਼ਾਂ ਨੂੰ ਭੈੜੇ ਜਿਹੜੇ ਘੱਟ ਗਿਣਤੀਆਂ ਨੇ ਉਹਨਾਂ ਵਾਸਤੇ ਇਹ ਖਤਰਨਾਕ ਸਿੱਧ ਹੋਣਗੇ, ਫਿਰ ਰੌਲਾ ਪੈਣਾ। ਇਸ ਕਰਕੇ ਪਹਿਲਾਂ ਤੇ 2024 ਤੋਂ ਪਹਿਲਾਂ RSS, BJP ਦਾ ਪੱਤਾ ਸਾਫ਼ ਕਰੋ, ਇੱਕ ਮੰਚ ਤੇ ਇਕੱਤਰ ਹੋ ਕੇ ਫਿਰ ਹੀ ਗੱਲ ਬਣਨੀ ਆ। ਅਸੀਂ ਕੌਮੀ ਇਨਸਾਫ਼ ਮੋਰਚੇ ਦੇ ਨਿਹੰਗ ਸਿੰਘ ਫੌਜ ਲੱਗੀ ਹੋਈ ਆ, ਇਲੈਕਸ਼ਨ ਤੋਂ ਪਹਿਲਾਂ ਮੋਰਚਾ ਗੁਰੂ ਸਾਹਿਬ ਹੱਲ ਕਰਨਗੇ, ਹੋ ਸਕਦਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਨੂੰ ਹੱਲ ਹੋ ਜੇ, ਹੋਣਾ ਹੀ ਆ, ਇੱਕ ਦਿਨ ਦਾ ਮੋਰਚੇ ਨੇ ਹੱਲ ਹੋਣਾ ਹੀ ਆ। ਜਿਸ ਤਰ੍ਹਾਂ ਇਹ ਸਰਕਾਰ ਨੇ ਦੇਖਣਾ ਵੀ ਸਾਨੂੰ ਕਿੰਨੇ ਚਿਰ ਬਿਠਾ ਕੇ ਰੱਖਣਾ, ਤੇ ਸਾਡੇ ਜਿਹੜੇ ਹੱਕ ਨੇ ਕਦੋਂ ਦੇਣੇ ਨੇ ਸਰਕਾਰ ਤੋਂ, ਤੇ ਅਸੀਂ ਹਮੇਸ਼ਾ ਹੀ ਦੇਸ਼ ਦੀ ਰਾਖੀ ਕੀਤੀ ਆ, ਅੱਜ ਵੀ ਕਰ ਰਹੇ ਹਾਂ। ਇਹ ਸਾਡਾ ਦੇਸ਼ ਆ, ਤੁਹਾਨੂੰ ਪਹਿਲਾਂ ਵੀ ਦੱਸਿਆ, ਪੰਜਾਬ ਵੀ ਸਾਡਾ ਤੇ ਭਾਰਤ ਵੀ ਸਾਡਾ। ਸਿੱਖਾਂ ਤੋਂ ਬਿਨਾਂ ਭਾਰਤ ਦੀ ਕੋਈ ਪਹੁੰਚ ਨਹੀਂ ਹੈਗੀ। ਜੇ ਸਿੱਖ ਦਾ ਹੁਣ ਜਿਹੜੇ ਦੂਜੇ ਦੇਸ਼ ਨੇ ਮਿੰਟ ਦੇ ਵਿੱਚ ਕਬਜ਼ਾ, ਜੇ ਇਹਨਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਆ ਸਰਕਾਰਾਂ ਨੂੰ, ਤੁਸੀਂ ਇੱਕ ਮਹੀਨੇ ਵਾਸਤੇ ਬਾਰਡਰਾਂ ਤੋਂ ਸਰਦਾਰਾਂ ਨੂੰ ਹਟਾ ਕੇ ਦੇਖੋ, ਸਿੱਖ ਫੌਜ ਨੂੰ ਹਟਾ ਕੇ ਦੇਖੋ, ਤੁਹਾਨੂੰ ਪਤਾ ਲੱਗ ਜੂ ਵੀ ਤੁਸੀਂ ਕਿੰਨੇ ਕੁ ਪਾਣੀ ਚੋਂ। ਇਸ ਕਰਕੇ ਸਰਦਾਰ ਆ ਤਾਂ ਇਹ ਭਾਰਤ ਆ, ਸਿੱਖ ਨੇ ਤਾਂ ਇਹ ਭਾਰਤ ਦੀ ਹੋਂਦ ਕਾਇਮ ਆ। ਇਸ ਕਰਕੇ ਸਿੱਖਾਂ ਦੇ ਹੱਲ ਜਿਹੜੇ ਮਸਲੇ ਨੇ ਪਹਿਲੇ ਨੰਬਰ ਤੇ ਸਰਕਾਰ ਨੂੰ ਕਰਨੇ ਚਾਹੀਦੇ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਅੱਜ ਪ੍ਰਕਾਸ਼ TV ਔਰ ਬੈਲ ਆਇਕਨ ਦਬਾਨਾ ਨਾ ਭੁਲੇਂ।